ਅੱਜ ਇੱਥੋਂ ਦੇ ਨੌਜਵਾਨ ਸਭਾ ਨੇ ਖਾਸ ਤੌਰ ਤੇ ਮੇਰੇ ਕੋਲ ਆ ਕੇ ਮੇਰੇ ਨਾਲ ਗੱਲਬਾਤ ਕੀਤੀ ਤੇ ਮੈਨੂੰ ਇੱਥੇ ਬੁਲਾਇਆ। ਮੈਂ ਸਾਰੀ ਕਲੱਬ ਦਾ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਮਾਨ ਸਨਮਾਨ ਦਿੱਤਾ, ਔਰ ਨੌਜਵਾਨ ਸਾਥੀਆਂ ਨੂੰ ਅਪੀਲ ਕਰਦਾ ਕਿ ਨਸ਼ਿਆਂ ਤੋਂ ਦੂਰ ਰਹੀਏ। ਜਿਹੜਾ ਸੱਟੇਬਾਜ਼ੀ ਦਾ ਔਰ ਨਸ਼ੇ ਦਾ ਜਿਹੜਾ ਦੌਰ ਚੱਲਦਾ ਪਿਆ ਉਹਨੂੰ ਛੱਡ ਕੇ ਆਪਾਂ ਖੇਡਾਂ ਵੱਲ ਧਿਆਨ ਦਈਏ ਤਾਂ ਜੋ ਆਪਣੀ ਆਉਣ ਵਾਲੇ ਬੱਚੇ ਇਸ ਜੋ ਆਉਣ ਵਾਲੇ ਬੱਚੇ ਉਹਨਾਂ ਨੂੰ ਵਧੀਆ ਸਿੱਖਿਆ ਆਪਾਂ ਦੇ ਸਕੀਏ।